ਅੱਜ ਜਿਹੜਾ ਇੱਕ ਮੁੱਦਾ ਬੜਾ ਗੰਭੀਰ ਸਾਹਮਣੇ ਆਇਆ ਹੈ ਕਿ 2008 ਦੇ ਵਿੱਚ ਗੁਮਟਾਲਾ ਜੇਲ੍ਹ ਦੇ ਵਿੱਚ ਨਿਹੰਗ ਅਜੀਤ ਸਿੰਘ ਪੂਲੇ ਨੂੰ ਅ ਅੱਗ ਲਗਾ ਕੇ ਜੀ ਦੇ ਨੂੰ ਜਲਾ ਦਿੱਤਾ ਗਿਆ ਸੀਗਾ ਔਰ ਉਸ ਕੇਸ ਦੇ ਵਿੱਚ ਸਾਡੇ ਨਾਮ ਨਾਮਜ਼ਦ ਹੋਏ ਸਨ ਮੇਰਾ ਨਵਤੇਜ ਸਿੰਘ ਦੂਸਰਾ ਹਰਚੰਦ ਸਿੰਘ ਹਰਪ੍ਰੀਤ ਸਿੰਘ ਔਰ ਤਿੰਨ ਚਾਰ ਨਾਮ ਹੋਰ ਸੀਗੇ ਉਹ ਬਾਅਦ ਵਿੱਚ ਨਿਕਲਦੇ ਸੀਗੇ ਉਸ ਵਾਕਿਆ ਦੇ ਉੱਤੇ ਉਸ ਕਾਂਡ ਉੱਪਰ ਸਾਨੂੰ ਪਤਾ ਲੱਗਾ ਹੈ ਕਿ ਕੋਈ ਪਿਕਚਰ ਬਣ ਰਹੀ ਹੈ ਔਰ ਜਦੋਂ ਉਸ ਪਿਕਚਰ ਨੂੰ ਅ ਅਸੀਂ ਸਾਨੂੰ ਅਚਾਨਕ ਪਤਾ ਲੱਗਾ ਕਿ ਉਹ ਪਿਕਚਰ ਬਣ ਕੇ ਤਿਆਰ ਵੀ ਹੋ ਗਈ ਆ ਸਾਡੇ ਕੋਲੋਂ ਕਿਸੇ ਨੇ ਨਹੀਂ ਕੁਝ ਪੁੱਛਿਆ ਸਾਡੇ ਕੋਲੋਂ ਕੋਈ ਜਾਣਨ ਦੀ ਕੋਸ਼ਿਸ਼ ਨਹੀਂ ਕਿ ਸਾਰੀ ਕਹਾਣੀ ਦਾ ਤੇ ਸਾਨੂੰ ਹੀ ਪਤਾ ਸੀ ਨਾ ਕਿ ਕਿੱਦਾਂ ਕਿੱਦਾਂ ਅੰਦਰ ਹੋਇਆ ਕੀ ਕੀ ਅੰਦਰ ਹੋਇਆ ਉਹ ਸਾਡੇ ਕੋਲ ਕਿਸੇ ਨੇ ਨਹੀਂ ਪੁੱਛਿਆ ਤੇ ਬਸ ਆਪਣੇ ਆਪਣੀ ਮਨ ਘੜ ਤੇ ਜੋ ਮਨ ਚ ਆਇਆ ਉਦਾਂ 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 ਕਰਕੇ ਜੋ ਸੁਨੀਆਂ ਸੁਨਾਈਆਂ ਗੱਲਾਂ ਉਹਨਾਂ ਦੇ ਹਿਸਾਬ ਨਾਲ ਫਿਲਮ ਤਿਆਰ ਕਰ ਦਿੱਤੀ ਇਹਨਾਂ ਨੇ ਜਿਹਦਾ ਨਾਂ ਕੋਈ ਇਹਨਾਂ ਨੇ ਮਸੰਦ ਵਗੈਰਾ ਰੱਖਿਆ ਹੈ ਔਰ ਇਹਦੇ ਵਿੱਚ ਪ੍ਰੋਡਿਊਸਰ ਆ ਕੋਈ ਵਿਨੇ ਜਿੰਦਲ ਔਰ ਵਿਕਰਾਂਤ ਸਿੱਧੂ ਆ ਕੋਈ ਜਿਹੜੇ ਇਹ ਕਰ ਰਹੇ ਨੇ ਪਰ ਇਹ ਬਹੁਤ ਹੀ ਇਹਨਾਂ ਨੇ ਆ ਘਟਿਆ ਹਰਗਤ ਕੀਤੀ ਆ ਕਿ ਮਤਲਬ ਤੁਸੀਂ ਜਿੰਨਾ ਬੰਦਿਆਂ ਦੀ ਸਟੋਰੀ ਆ ਤੁਸੀਂ ਉਹਨਾਂ ਕੋਲ ਪੁੱਛ ਗਏ ਸੀ ਨਹੀਂ ਕੀਤੀ ਜਾ ਕੇ ਉਹਨਾਂ ਨੂੰ ਦਿਖਾਓ ਲੋਕੀ ਤਾਂ ਮੰਨ ਲਓ 20 ਮਿੰਟ ਦੀ ਪਿਕਚਰ ਬਣ ਜਾਈਏ ਤੇ ਫਿਰ ਉਹਨਾਂ ਨੂੰ ਦਿਖਾਈ ਜਾਂਦੀ ਆ ਯਾ ਦੇਖੋ 20 ਮਿੰਟ ਦੇ ਵਿੱਚਰ ਬਣ ਗਈ ਤੁਹਾਡੇ ਤੁਹਾਡੇ ਹਿਸਾਬ ਨਾਲ ਠੀਕ ਹੈ ਨਾ ਸਾਰਾ ਕੁਝ ਠੀਕ ਚੱਲ ਰਿਹਾ ਕਿਉਂਕਿ ਅਸੀਂ ਨਹੀਂ ਚਾਹੁੰਦੇ ਆ ਕਿ ਅਗਰ ਉਹ ਮੈਟਰ ਤੇ ਪਿਕਚਰ ਬਣੇ ਤੇ ਬਿਲਕੁਲ オリジナル ਔਰ ਸਾਰਾ ਕੋਹ ਰਿਐਲਿਟੀ ਦੇ ਤੌਰ ਤੇ ਲੋਕਾਂ ਸਾਹਮਣੇ ਆਏ ਸਚਾਈ ਸਾਹਮਣੇ ਆਏ ਪਰ ਸਾਨੂੰ ਤਿੰਨ ਸਾਲਾਂ ਚ ਕੋਈ ਮਿਲਿਆ ਨਹੀਂ ਤਿੰਨ ਸਾਲ ਫਿਲਮ ਬਣਦੀ ਨੂੰ ਹੋ ਗਏ ਨੇ ਕਿੰਨੇ ਸਾਲ ਹਾਨੂੰ ਤੱਕ ਮਿਲਿਆ ਨਹੀਂ ਇਹਦਾ ਮਤਲਬ ਇਹ ਆ ਵੀ ਇਹਦੇ ਵਿੱਚ ਜੋ ਵੀ ਇਹਨਾਂ ਨੇ ਮਨ ਘੜਤੀ ਡੈਲਗ ਮਾਰੇ ਨੇ ਔਰ ਆਪੇ ਹੀ ਜੋ ਸੁਣੀਆਂ ਸੁਣਈਆਂ ਗੱਲਾਂ ਵਿੱਚ ਪਾਤੀਆਂ ਨੇ ਤੇ ਦੂਜੀ ਗੱਲ ਇਹ ਆ ਕਿ ਪ੍ਰੋਪਰ ਡੀਗ੍ਰੇਡ ਦੀ ਫਿਲਮ ਆ ਕੋਈ ਇਹਦੇ ਵਿੱਚ ਚੰਗਾ ਕਰੈਕਟਰ ਨਹੀਂਗਾ ਕੋਈ ਹੀਰੋ ਕੋਈ ਵਿਲਨ ਸਭ ਇਹਨਾਂ ਨੇ ਇਦਾਂ ਇਕੱਠੇ-ਕੁੱਠੇ ਕਰਕੇ 20-25 ਜਾਣੇ ਤੇ ਫਿਲਮ ਬਣਾ ਲਈ ਕਿ ਚਲੋ ਕਨਸੈਪਟ ਵੱਡਾ ਵਾ ਤੇ ਚਲੋ ਚਾਰ ਪੈਸੇ ਹੀ ਕਮਾਵਾਂਗੇ ਤੇ ਹੁਣ ਸਾਨੂੰ ਲੱਗਾ ਪਤਾ ਕਿ ਇਹ ਰਿਲੀਜ਼ ਕਰਨ ਲੱਗੇ ਨੇ ਕੋਈ 10-12 ਦਿਨਾਂ ਤੱਕ ਇਹਨਾਂ ਨੇ ਰਿਲੀਜ਼ ਕਰਨੀ ਹੈ ਫਿਲਮ ਪਰ ਆਪਾਂ ਪਹਿਲਾਂ ਹਾਈ ਕੋਰਟ 'ਚ ਜਾਵਾਂਗੇ ਔਰ ਹਾਈ ਕੋਰਟ 'ਚ ਜਾ ਕੇ ਤੇ ਇਹਦੇ ਖਿਲਾਫ ਆਪਾਂ ਇਹਦਾ ਸਟੇ ਲਵਾਂਗੇ ਔਰ ਦੂਜੀ ਗੱਲ ਹੋਰ ਹੈ ਅਜੇ ਸਾਡਾ ਹਾਈ ਕੋਰਟ 'ਚ ਕੇਸ ਚੱਲ ਰਿਹਾ ਹੈ ਸਾਡਾ ਕੇਸ ਅਜੇ ਕਾਫੀ ਗਰਮਾਇਆ ਹੋਇਆ ਹੈ ਕੋਈ ਵੀ ਬੰਦਾ ਰਿਟ ਪਾ ਸਕਦਾ ਹੈ ਹਾਈ ਕੋਰਟ 'ਚ ਜਾ ਕੇ ਸੋ ਇਹ ਕਰਕੇ ਜੇਕਰ ਇਹਨਾਂ ਨੇ ਤੇ ਆਪਣੀ ਆ ਡੀਗ੍ਰੇਡ ਦੀ ਫਿਲਮ ਜੋ ਵੀ ਇਹਨਾਂ ਮਨ ਘੜਤ ਉਹ ਇਹਨਾਂ ਦੇ ਮਨ ਚ ਗੱਲਾਂ ਗੁੱਲਾਂ ਆਈਆਂ ਜਿੱਦਾਂ ਫਿਲਮ ਦੇ ਵਿੱਚ ਵਧਾ ਚੜਾ ਕੇ ਬਣਾ ਦਿੰਦੇ ਨੇ ਤੇ ਇਹਨਾਂ ਨੇ ਤੇ ਆਪਣਾ ਆਪਣੀ ਫਿਲਮ ਚਲਾ ਲੈਣੀ ਤੇ ਬਾਅਦ ਸਾਨੂੰ ਕਿੰਨੀ ਤੰਗੀ ਆਉਣੀ ਆ ਜਿਹੜਾ ਸਾਡਾ ਕੀ ਇਸ ਲੱਗਾ ਹਾਈ ਕੋਰਟ ਚ ਲੋਕਾਂ ਦੇ ਵਿੱਚ ਲਾਲਾ ਲਾਲਾ ਹੋ ਜਾਣੀ ਵੀ ਜੇ ਇੰਨਾ ਵੱਡੀ ਫਿਲਮ ਚ ਇੰਨਾ ਕੁਝ ਇਹਨਾਂ ਨੇ ਇੰਨਾ ਕੁਝ ਕੀਤਾ ਤੇ ਬਾਹਰ ਕਿਉਂ ਖੜੇ ਨੇ ਇੱਥੇ ਅੰਦਰ ਚਾਹੀਦੇ ਹੀ ਕਈ ਵਿਰੋਧੀ ਵੀ ਹੁੰਦੇ ਨੇ ਸੋ ਐਸ ਕਰਕੇ ਪਿਕਚਰ ਆਪਾਂ ਹਰ ਹਾਲਤ ਵਿੱਚ ਬੰਦ ਕਰਾਉਣੀ ਆ ਔਰ ਦੂਸਰੀ ਜਿਹੜੀ ਸਭ ਤੋਂ ਖਾਸ ਗੱਲ ਕਿ ਇਹ ਫਿਲਮ ਸਾਡਾ ਕੋਈ ਇਦਾਂ ਦਾ ਮੋਟਿਵ ਨਹੀਂ ਕਿ ਅਸੀਂ ਇਹਨਾਂ ਨੂੰ ਇੰਜ ਪ੍ਰੈਸਪਰੈਂਸ ਕਰਕੇ ਤੇ ਇਹਨਾਂ ਨੂੰ ਕਵਾਂਗੇ ਜੀ ਤੁਸੀਂ ਸਾਡਾ ਸਾਡੀ ਰਾਇਲਟੀ ਨਹੀਂ ਰੱਖੀ ਤਾਂ ਇਦਾਂ ਹਨ ਇੱਕ ਵੀ ਚੀਜ਼ ਦਾ ਕੋਈ ਨਹੀਂਗਾ ਮਤਲਬ ਚਾਹੇ ਸਾਨੂੰ ਕੋਈ ਕਰੋੜਾ ਰੁਪਇਆ ਦੇ ਦੇ ਪਰ ਮੈਂ ਆਪਣੀ ਚੇਅਰ ਤੇ ਬੈਠ ਕੇ ਹਸਪੀਟਲ ਦੇ ਥੱਲੇ ਬੈਠਾ ਹਾਂ ਇਹ ਫਿਲਮ ਡੀਗ੍ਰੇਡ ਔਰ ਡੀਗ੍ਰੇਡ ਫਿਲਮ ਜਿਹੜੀ ਆ ਇਹ ਕਦੇ ਵੀ ਪੂਲਾ ਕਾਂਡ ਨੂੰ ਐਕਸਪਲੇਨ ਨਹੀਂ ਕਰ ਸਕਦੀ ਯਕੀ ਉਹਨੂੰ ਐਕਸਪਲੇਨ ਕਰਨ ਵਾਸਤੇ ਬਹੁਤ ਹੀ ਵੱਡੇ ਡਾਇਰੈਕਟਰ ਔਰ ਵਧੀਆ ਕੈਰੇਕਟਰ ਔਰ ਵਧੀਆ ਵਿਲਨ ਔਰ ਬਹੁਤ ਪੈਸਾ ਲੱਗੇਗਾ ਤੇ ਫਿਰ ਉਹ ਪਿਕਚਰ ਬਣੇਗੀ ਔਰ ਫਿਰ ਉਹ ਪਿਕਚਰ ਸਮਾਜ ਵਾਸਤੇ ਇੱਕ ਬੜਾ ਵੱਡਾ ਮੈਸੇਜ ਬਣੇਗੀ ਸੋ ਵਿਚਾਰਾ ਨੂੰ ਸਮਾਪਤ ਸਸਤਾ ਤੇ ਸੋ ਵੀਰਿਓ ਬਾਕੀ ਇਹ ਆਪੀ 2008 ਚ ਜੀਤ ਸਿੰਘ ਪੂਲਾ ਨਿਹੰਗ ਉਸ ਕੇਸ ਦੇ ਵਿੱਚ ਸਾਡਾ ਨਾਮ ਨਾਮਜਾਦ ਹੋਇਆ ਸੀ ਸਰਦਾਰ ਨਵਤੇਜ ਸਿੰਘ ਅੱਗੂ ਤੇ ਹਰਚੰਦ ਸਿੰਘ ਪਿੰਡ ਮਾੜੀ ਕੰਬੋਗੇ ਵੀਰੋ ਬੇਨਤੀ ਇਹ ਆ ਕਿ ਜਿਹੜੀ ਪੂਲੇ ਕਾਂਡ ਤੇ ਇੱਕ ਮਸੰਦ ਫਿਲਮ ਤਿਆਰ ਹੋਈ ਆ ਤੇ ਬਿਲਕੁਲ ਉਹਦੇ ਵਿਰੋਧ ਦੇ ਵਿੱਚ ਆ ਅਸੀਂ ਦੋਵੇਂ ਭਰਾ ਕਿਉਂਕਿ ਉਹ ਫਿਲਮ ਜਿਹੜੀ ਆ 11 ਤਰੀਕ ਨੂੰ ਲੱਗਣੀ ਆ ਤੇ ਉਹ ਬਿਲਕੁਲ ਜਿਹੜੀ ਸਿਨੇਮੇ ਘਰ ਦੇ ਵਿੱਚ ਨਾ ਲੱਗੀ ਜਾਵੇ ਤਾਂ ਅਸੀਂ ਰੋਕ ਹਾਈ ਕੋਰਟ ਵੀ ਜਾ ਰਹੇ ਆ ਤੇ ਹਾਈ ਕੋਰਟ ਦੇ ਵਿੱਚ ਵੀ ਜਾ ਕੇ ਥੋੜੇ ਦਿਹਾੜੀ ਡੰਗ ਦੇ ਵਿੱਚ ਵਿੱਚ ਉੱਤੇ ਰੋਕ ਲਵਾਈ ਜਾਏਗੀ ਤੇ ਸਾਰੇ ਵੀਰਾਂ ਨੂੰ ਮੇਰੀ ਇਹ ਹੱਥ ਜੋੜ ਕੇ ਬੇਨਤੀ ਆ ਵੀ ਵੱਧ ਤੋਂ ਵੱਧ ਸਾਥ ਦਾਓ ਜਿਹੜੀ ਇਹ 11 ਤਰੀਕ ਨੂੰ ਫਿਲਮ ਲੱਗਣੀ ਆ ਮਸੰਦ ਤੇ ਇਹ ਸਿਲਮੇ ਘਰਾਂ ਦੇ ਵਿੱਚ ਜਾਓ ਲੁਧਿਆਣੇ ਜਾਓ ਅੰਮ੍ਰਿਤਸਰ ਇਹ ਨਾ ਲੱਗੇ ਤੇ ਵੱਧ ਤੋਂ ਵੱਧ ਤੁਹਾਡਾ ਜਿਹੜਾ ਉਹ ਸਾਥ ਦਿਓ ਤੇ ਕਿਉਂਕਿ ਇਹ ਜਿਹੜੀ ਮਸੰਦ ਫਿਲਮ ਆ ਇਹ ਤੋੜ ਮੜੋੜ ਕੇ ਉਹਨਾਂ ਨੇ ਬਣਾਈ ਆ ਇੱਕ ਕਹਾਣੀ ਜਿਹੜੀ ਆ ਉਹ ਪੂਲੇ ਆਲੀ ਵਿਖਾਈ ਗਈ ਆ ਭਾਵੇਂ ਨਾਂ ਉਹਨਾਂ ਦੇ ਚੇਂਜ ਕੀਤੇ ਆ ਤੇ ਕਿਉਂਕਿ ਪੰਜਾਬ ਦੇ ਵਿੱਚ ਸਾਰੇ ਵਰਲਡ ਦੇ ਵਿੱਚ ਇਹੋ ਜਿਹਾ ਕੰਮ ਜੇਲ੍ਹ ਦੇ ਵਿੱਚ ਨਾ ਕੋਈ ਹੋਇਆ ਹੀ ਤੇ ਨਾ ਕੋਈ ਹੋਣਾ ਆਲੀ ਤੇ ਬਾਕੀ ਇਹ ਆ ਵੀ ਬੜੀ ਤੋੜ ਮਰੋੜ ਕੇ ਉਹ ਜਿਹੜੀ ਚੀਜ਼ ਉਹ ਪੇਸ਼ ਕੀਤੀ ਗਈ ਆ ਤੇ ਬਾਕੀ ਵੱਧ ਤੋਂ ਵੱਧ ਤੁਹਾਡਾ ਸਾਥ ਦੋ ਤੇ ਇਹ ਆਪੀ 11 ਤਰੀਕ ਨੂੰ ਜਿਹੜੀ ਉਹ ਲੱਗਣੀ ਫਿਲਮ ਤੋ ਆਪਾਂ ਸਲੇਮੇ ਘਰਾਂ ਦੇ ਵਿੱਚ ਬਿਲਕੁਲ ਲੱਗਣ ਨਹੀਂ ਦੇਣੀ ਤੇ ਹਾਈ ਕੋਰਟ ਵੀ ਅਸੀਂ ਜਿਹੜਾ ਉਹਦਾ ਦਰਵਾਜ਼ਾ ਜਾ ਕੇ ਹਾਈ ਕੋਰਟ ਦਾ ਖੜਕਾਵਾਂਗੇ ਤੇ ਬਹੁਤ ਬਹੁਤ ਸਾਰੇ ਵੀਰਾਂ ਦਾ ਧੰਨਵਾਦ ਵੈਗਰਜੀਕਾ ਖਾਲਸਾ ਵੈਗਰਜੀਕੀ ਫਤਿਹ